ਮਿਹਨਤ ਐਨੀ ਜ਼ਿਆਦਾ ਕਰੋ ਮਿਹਨਤ ਐਨੀ ਜ਼ਿਆਦਾ ਕਰੋ ਕਿ ਇੱਕ ਦਿਨ ਰੱਬ ਵੀ ਤੁਹਾਨੂੰ ਆ ਕੇ ਕਹੇ ਕਿ ਇਸ ਦੀ ਕਿਸਮਤ ਵਿੱਚ ਮੈਂ ਕੀ ਲਿਖਿਆ ਸੀ ਤੇ ਇਸ ਨੇ ਕੀ ਲਿਖਵਾ ਲਿਆ ਗੁੱਡ ਮਾਰਨਿੰਗ ਚਾਚਰੀਕਾਲ ਨਮਸਕਾਰ ਐਂਡ ਆਦਾਬ ਪਿਆਰੇ ਬੱਚਿਓ ਤੁਹਾਡੇ ਵਿੱਚ ਰਹਿ ਕੇ ਬੜਾ ਹੀ ਅੱਛਾ ਮੈਨੂੰ ਮਹਿਸੂਸ ਹੋ ਰਿਹਾ ਹੈ ਸਾਡੀ ਸਾਰੀ ਟੀਮ ਨੂੰ ਟੇਰ ਸਾਰਾ ਜਿਹੜਾ ਪਿਆਰ ਤੁਸੀਂ ਸਾਡੀ ਸਾਰੀ ਟੀਮ ਨੂੰ ਦੇ ਰਹੇ ਹੋ ਤੇ ਜਿਹੜਾ ਵਿਗਿਆਨ ਹੈ ਤੁਹਾਨੂੰ ਚੰਗਾ ਲੱਗ ਰਿਹਾ ਹੈ ਬੇਟਾ ਹੈਟਸ ਆਫ ਕਰਦਾ ਮੈਂ ਉਹ ਟੀਚਰਸ ਨੂੰ ਜਿਨ੍ਹਾਂ ਨੇ ਇਹ ਵਿਗਿਆਨ ਦੇ ਨਵੇਂ-ਨਵੇਂ ਟੌਪਿਕਸ ਨੂੰ ਇੱਕ ਸੋਸ਼ਲ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਣ ਦੀ ਬੜਾ ਹੀ ਇੱਕ ਨੇਕ ਉਪਰਾਲਾ ਟੀਚਰਸ ਨੇ ਕੀਤਾ ਹੈ ਹੈਟਸ ਆਫ ਫੋਰ 올 ਟੀਚਰਸ ਐਂਡ ਹੈਟਸ ਆਫ ਟੂ ਆਲਸੋ ਤੁਹਾਨੂੰ ਵੀ ਬੇਟਾ ਹੈਟਸ ਆਫ ਹੈ ਤੁਸੀਂ ਵੀ ਇਹ ਵੀਡੀਓਜ਼ ਦਾ ਬੜਾ ਆਨੰਦ ਲੈ ਰਹੇ ਹੋ ਤੇ ਤੁਹਾਨੂੰ ਸਾਇੰਸ ਹਰ ਲੈਵਲ ਤੇ ਬੜੀ ਸੋਖੀ ਲੱਗਣ ਲੱਗ ਪਈ ਹੈ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਓਮਜ਼ ਲਾਵ ਵਾਲੀ ਵੀਡੀਓ ਦੇ ਵਿੱਚ ਭਿੰਦੇ ਦੇ ਡੈਡੀ ਨੇ ਉਸ ਨੂੰ ਪੁੱਛਿਆ ਸੀ ਕਿ ਜਿਹੜੀਆਂ ਤੂੰ ਬਾਰ-ਬਾਰ ਇਹ ਲਕੀਰਾਂ ਮਾਰਦਾ ਹੈਂ ਬੋਰਡਾਂ ਦੇ ਉੱਪਰ ਕਦੇ ਛੋਟੀ ਕਦੇ ਵੱਡੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਉਹ ਕੀ ਚੀਜ਼ ਹੈ ਬੇਟਾ ਆਮ ਅਸੀਂ ਜ਼ਿੰਦਗੀ ਦੇ ਵਿੱਚ ਜਦੋਂ ਸੈੱਲ ਨੂੰ ਵੇਖਦੇ ਹਾਂ ਜਾਂ ਬੈਟਰੀ ਨੂੰ ਵੇਖਦੇ ਹਾਂ ਤਾਂ ਉਹਨਾਂ ਦੀ ਡਿਜ਼ਾਈਨਿੰਗਸ ਕੁਝ ਅਲੱਗ ਹੁੰਦੀਆਂ ਨੇ ਪਰ ਵਿਗਿਆਨ ਦੇ ਵਿੱਚ ਜਦੋਂ ਸਰਕਟਸ ਦੇ ਵਿੱਚ ਉਹਨਾਂ ਕੰਪੋਨੈਂਟਸ ਨੂੰ ਘਟਕਸ ਨੂੰ ਬਣਾਇਆ ਜਾਂਦਾ ਹੈ ਤਾਂ ਉਹਨਾਂ ਦੀਆਂ ਡਾਇਗ੍ਰਾਮਸ ਕੁਝ ਅਲੱਗ ਹੁੰਦੀਆਂ ਨੇ ਉਹ ਸੰਕੇਤਕ ਡਾਇਗ੍ਰਾਮਸ ਹੁੰਦੀਆਂ ਨੇ ਇੱਕ ਤਾਂ ਉਹਨਾਂ ਨੂੰ ਬਣਾਉਣ ਦੇ ਵਿੱਚ ਆਸਾਨੀ ਰਹੇ ਇੱਕ ਉਹ ਜਿਹੜੀਆਂ ਡਾਇਗ੍ਰਾਮਸ ਨੇ ਉਹ ਪੂਰੇ ਵਰਡ ਦੇ ਵਿੱਚ ਸੇਮ ਹਨ ਉਹ ਕਿਤੇ ਵੀ ਇਸ ਤਰ੍ਹਾਂ ਨਹੀਂ ਕਿ ਕਿਸੇ ਦੇਸ਼ ਦੇ ਵਿੱਚ ਅਲੱਗ ਡਾਇਗਰਾਮਸ ਨੇ ਕਿਤੇ ਹੋਰ ਹੈ ਵਿਗਿਆਨ ਪੂਰੀ ਦੁਨੀਆ ਦੇ ਵਿੱਚ ਸੇਮ ਹੈ ਜਿਹੜਾ ਕਰੰਟ ਤਾਰਾਂ ਦੇ ਵਿੱਚੋਂ ਇੱਥੋਂ ਚੱਲਣਾ ਹੈ ਜੇ ਸਿਲਵਰ ਇੱਥੇ ਬੈਸਟ ਕੰਡਕਟਰ ਹੈ ਤਾਂ ਉੱਥੇ ਵੀ ਸਿਲਵਰ ਬੈਸਟ ਕੰਡਕਟਰ ਹੈ ਬੇਟਾ ਤਾਂ ਤੁਸੀਂ ਇਹਦੇ ਵਿੱਚ ਅਸੀਂ ਘਟਕ ਇਸ ਵੀਡੀਓ ਦੇ ਵਿੱਚ ਅਸੀਂ ਬਿਜਲੀ ਦੇ ਘਟਕ ਯਾਨੀ ਕਿ ਕੰਪੋਨੈਂਟਸ ਕਿਹੜੇ-ਕਿਹੜੇ ਕੰਪੋਨੈਂਟਸ ਨੇ ਤੇ ਉਹਨਾਂ ਦੇ ਸੰਕੇਤ ਯਾਨੀ ਕਿ ਕਿਹੜੇ ਸਿੰਬल्स ਅਸੀਂ ਯੂਜ਼ ਕਰਦੇ ਹਾਂ ਸਾਈਡ ਤੇ ਜਿਹੜਾ ਬੇਟਾ ਡਾਇਗਰਾਮ ਤੁਸੀਂ ਵੇਖ ਰਹੇ ਹੋ ਇਹ ਡਾਇਗਰਾਮ ਦੇ ਵਿੱਚ ਵੀ ਤੁਸੀਂ ਸਾਰੇ ਘਟਕਾਂ ਨੂੰ ਵੇਖ ਰਹੇ ਹੋ ਮੈਂ ਤੁਹਾਨੂੰ ਇਹਨਾਂ ਨੂੰ ਲੜੀਕਰਮ ਵਿੱਚ ਬਣਾ ਕੇ ਵਿਖਾਉਣਾ ਹਾਂ ਬੇਟਾ ਕਈ ਵਾਰ ਤੁਸੀਂ ਦੇਖ ਚੁੱਕੇ ਹੋ ਕਿ ਇਹ ਜਿਹੜਾ ਡਾਇਗਰਾਮ ਹੈ ਅਸੀਂ ਕਾਫੀ ਵਾਰ ਬਣਾਨੇ ਹਾਂ ਇਹ ਡਾਇਗਰਾਮ ਇੱਕ ਸੈੱਲ ਦਾ ਡਾਇਗਰਾਮ ਹੈ ਜਿਹੜੀ ਇਹਦੀ ਲੰਬੀ ਲਾਈਨ ਹੈ ਬੇਟਾ ਇਹ ਪੋਜ਼ਿਟਿਵ ਚਾਰਜ ਨੂੰ ਦਰਸਾਉਂਦੀ ਹੈ ਜਿਹੜੀ ਇਹਦੀ ਛੋਟੀ ਲਾਈਨ ਹੈ ਇਹ ਨੈਗੇਟਿਵ ਚਾਰਜ ਨੂੰ ਦਰਸਾਉਂਦੀ ਹੈ ਲੰਬੀ ਲਾਈਨ ਪਲਸ ਚਾਰਜ ਨੂੰ ਬੇਟਾ ਛੋਟੀ ਲਾਈਨ ਰਿੰਗ ਚਾਰਜ ਨੂੰ ਦਿਖਾਉਂਦੀ ਹੈ ਇਹ ਹੈ ਸਾਡਾ ਇੱਕ ਬਿਜਲੀ ਦਾ ਸੈੱਲ ਇਹ ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦਾ ਹੈ ਸੈੱਲ ਕਈ ਤਰ੍ਹਾਂ ਦੇ ਹੁੰਦੇ ਹੈ ਬੇਟਾ ਜਿਸ ਤਰ੍ਹਾਂ ਡਰਾਈ ਸੈੱਲ ਜਿਹੜਾ ਅਸੀਂ ਆਮ ਯੂਜ਼ ਕਰਦੇ ਹਾਂ ਉਹ ਡਰਾਈ ਸੈੱਲ ਹੈ ਜਿਹੜੀਆਂ ਰੀਚਾਰਜੇਬਲ ਬੈਟਰੀਜ਼ ਨੇ ਉਹ ਲਿਥੀਅਮ ਆਇਨ ਸੈਲਸ ਹੈ ਉਹ ਸਾਰਿਆਂ ਦੇ ਵਿੱਚ ਹੀ ਕੈਮੀਕਲਸ ਨੇ ਕੈਮੀਕਲ ਤੋਂ ਬਿਜਲੀ ਬਣਦੀ ਹੈ ਯਾਨੀ ਕਿ ਇਲੈਕਟ੍ਰਿਕ ਊਰਜਾ ਬਣਦੀ ਹੈ ਜਦੋਂ ਐਸ ਸੈੱਲ ਨੂੰ ਇਹਦੇ ਨਾਲ ਇੱਕ ਹੋਰ ਸੈੱਲ ਲਗਾਤਾ ਹੈ ਇੱਕ ਬਣ ਗਿਆ ਕੰਬੀਨੇਸ਼ਨ ਆਫ ਸੈਲ ਯਾਨੀ ਕਿ ਸੈਲਾਂ ਦਾ ਕੰਬੀਨੇਸ਼ਨ ਇਸ ਨੂੰ ਅਸੀਂ ਬੈਟਰੀ ਵੀ ਕਹਿੰਨੇ ਹਾਂ ਇਸ ਡਾਇਗਰਾਮ ਦੇ ਵਿੱਚ ਬੇਟਾ ਇੱਕ ਕਮੀ ਹੈ ਜਦੋਂ ਵੀ ਤੁਸੀਂ ਸੈਲਾਂ ਨੂੰ ਕਦੇ ਵੀ ਬੈਟਰੀ ਦੇ ਵਿੱਚ ਲੱਗੇ ਵੇਖੋਗੇ ਤਾਂ ਉਹ ਸੈੱਲ ਹਮੇਸ਼ਾ ਜੇਕਰ ਆਪਸ ਦੇ ਵਿੱਚ ਜੁੜੇ ਹੋਏ ਹਨ ਤਾਂ ਹੀ ਉਹ ਸੈੱਲ ਚੱਲਣਗੇ ਪਲੱਸ ਉਸ ਉਹ ਪੂਰੇ ਸਰਕਟ ਦੇ ਵਿੱਚ ਕਰੰਟ ਦੇਣਗੇ ਪਲੱਸ ਤਨ ਚਾਰਜ ਦੇ ਨਾਲ ਹਮੇਸ਼ਾ ਰਿਨ ਚਾਰਜ ਵਾਲਾ ਪਾਸਾ ਜੁੜਿਆ ਹੋਵੇਗਾ ਜਿਸ ਤਰ੍ਹਾਂ ਤੁਸੀਂ ਬੇਟਾ ਸੈੱਲ ਵੇਖਦੇ ਹੋ ਉਹਦਾ ਜਿਹੜਾ ਇਹ ਟਰਮੀਨਲ ਹੈ ਇਹ ਤਨ ਚਾਰਜਿਤ ਹੁੰਦਾ ਹੈ ਇਹ ਰਿਨ ਚਾਰਜਿਤ ਹੁੰਦਾ ਹੈ ਇਹ ਉਦੋਂ ਹੀ ਚੱਲੇਗਾ ਜਦੋਂ ਇਹ ਸੈੱਲ ਦਾ ਤਨ ਚਾਰਜ ਉਸ ਦੇ ਰਿਨ ਚਾਰਜ ਨਾਲ ਜੁੜੇਗਾ ਇਹ ਤਾਂ ਚੱਲੇਗਾ ਬੇਟਾ ਜੇ ਤੁਸੀਂ ਰਿਨ ਨਾਲ ਰਿਨ ਜੋੜਤਾ ਤਾਂ ਇਹ ਬੈਟਰੀ ਨਹੀਂ ਬਣੇਗੀ ਐਸ ਡਾਇਗਰਾਮ ਦੇ ਵਿੱਚ ਇੱਕ ਕੀ ਕਮੀ ਹੈ ਕਿ ਮੈਂ ਇਹਨਾਂ ਨੂੰ ਜੋੜਿਆ ਨਹੀਂ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਜੋੜਾਂਗੇ ਬੇਟਾ ਆ ਜੋੜਤਾ ਦੇਖੋ ਇਹ ਪਹਿਲਾ ਸੈਲ ਸੀ ਇਸ ਨੂੰ ਦੂਸਰੇ ਸੈਲ ਦੇ ਨਾਲ ਅਸੀਂ ਕੰਬਾਈਨ ਕਰਤਾ ਇਹ ਦੂਸਰਾ ਸੈਲ ਸੀ ਬੇਟਾ ਇਸ ਨੂੰ ਅਸੀਂ ਅਗਲੇ ਸੈਲ ਦੇ ਨਾਲ ਕੰਬਾਈਨ ਕਰਤਾ ਇਸ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਬੈਟਰੀ ਹੈ ਉਹ ਕੰਪਲੀਟ ਹੋ ਗਈ ਤੀਸਰਾ ਜਿਹੜਾ ਡਾਇਗਰਾਮ ਹੈ ਬੇਟਾ ਸੇ ਲੜੀ ਤਹਿਤ ਕੀ ਯਾਨੀ ਕਿ ਕੁੰਜੀ ਏ ਬੇਟਾ ਇੱਕ ਕੀ ਹੈ ਯਾਨੀ ਕਿ ਸਵਿਚ ਕੁੰਜੀ ਇਹ ਆਮ ਸਵਿਚ ਹੈ ਲੈਬਾਰਟਰੀ ਦੇ ਵਿੱਚ ਥੋੜਾ ਅਲੱਗ ਤਰ੍ਹਾਂ ਦਾ ਸਵਿਚ ਹੁੰਦਾ ਹੈ ਸਵਿਚ ਉਹੀ ਹੈ ਜਿਹੜਾ ਸਾਡੇ ਘਰ ਦੇ ਵਿੱਚ ਬੇਟਾ ਸਵਿਚ ਹੈ ਜਿਸ ਨੂੰ ਅਸੀਂ ਓਨ ਤੇ ਆਫ ਕਰਦੇ ਹਾਂ ਉਹਦਾ ਸਿੰਪਲ ਜਿਹਾ ਪਰਪਸ ਹੁੰਦਾ ਉਹਦੇ ਪਿੱਛੇ ਇੱਕ ਵਾਇਰ ਹੁੰਦੀ ਹੈ ਜਦੋਂ ਉਸ ਨੂੰ ਓਨ ਕੀਤਾ ਜਾਂਦਾ ਹੈ ਤਾਂ ਵਾਇਰ ਕੰਬਾਈਨ ਹੋ ਜਾਂਦੀ ਹੈ ਜਦੋਂ ਆਫ ਕੀਤਾ ਜਾਂਦਾ ਹੈ ਆਫ ਪੋਜੀਸ਼ਨ ਦੇ ਵਿੱਚ ਤਾਂ ਉਹ ਵਾਇਰ ਦਾ ਸੰਪਰਕ ਟੁੱਟ ਜਾਂਦਾ ਹੈ ਤਾਂ ਸਰਕਟ ਕੰਪਲੀਟ ਨਹੀਂ ਹੁੰਦਾ ਇਹ ਕੋਮਪੋਨੈਂਟ ਯਾਨੀ ਕਿ ਕਟਕ ਜਿਹੜਾ ਹੈ ਉਹ ਹੈ ਸਵਿਚ ਬਿਜਲੀ ਦਾ ਸਵਿਚ ਇਹਨੂੰ ਸਵਿਚ ਵੀ ਕਹਿੰਦੇ ਹਨ ਚਾਬੀ ਵੀ ਕਹਿੰਦੇ ਹਨ ਤੇ ਜਦੋਂ ਇਸ ਸਵਿਚ ਦੇ ਵਿੱਚ ਡੋਟ ਬਣਾ ਦਿੱਤਾ ਜਾਊਗਾ ਇੱਕ ਬਿੰਦੂ ਬਣਾ ਦਿੱਤਾ ਜਾਊਗਾ ਤਾਂ ਇਹ ਸਵਿਚ ਬੰਦ ਹਾਲਤ ਦੇ ਵਿੱਚ ਹੈ ਜਦੋਂ ਡੋਟ ਨਹੀਂ ਹੋਊਗਾ ਉਹ ਓਪਨ ਸਵਿਚ ਹੈ ਖੁੱਲਾ ਸਵਿਚ ਹੈ ਜਦੋਂ ਇਹਦੇ ਵਿੱਚ ਡੋਟ ਬਣਾਤਾ ਇਹ ਬੰਦ ਸਵਿਚ ਹੈ ਇਹ ਆਮ ਜਿਹੜਾ ਘਰਾਂ ਦੇ ਵਿੱਚ ਅਸੀਂ ਸਵਿਚ ਯੂਜ਼ ਕਰਦੇ ਹਾਂ ਉਹ ਹੈ ਇਹ ਉਹ ਸੈੱਲ ਹੈ ਇਹ ਵਾਲਾ ਜਦੋਂ ਇਹ ਸੈੱਲਾਂ ਨੂੰ ਜੋੜਤਾ ਤਾਂ ਆ ਇੱਕ ਬੈਟਰੀ ਬਣ ਗਈ ਤੁਸੀਂ ਘਰ ਦੇ ਵਿੱਚ ਵੀ ਬੈਟਰੀ ਨੂੰ ਦੇਖੋਗੇ ਜਦੋਂ ਇਨਵਰਟਰ ਦੀ ਬੈਟਰੀ ਨੂੰ ਵੀ ਦੇਖੋਗੇ ਤਾਂ ਬਹੁਤ ਸਾਰੇ ਉਹਦੇ ਵਿੱਚ ਖਾਨੇ ਬਣੇ ਹੁੰਦੇ ਹਨ ਯਾਨੀ ਕਿ ਉਹਦੇ ਵਿੱਚ ਵੀ ਸੈੱਲਾਂ ਨੂੰ ਕਈ ਸੈੱਲਾਂ ਨੂੰ ਜੋੜਿਆ ਜਾਂਦਾ ਹੈ ਇਸ ਤੋਂ ਬਾਅਦ ਹੈ ਬੇਟਾ ਇਹ ਸਿੰਪਲ ਇੱਕ ਵਾਇਰ ਨੂੰ ਪ੍ਰਦਰਸ਼ਿਤ ਕਰਦਾ ਹੈ ਸਿੰਪਲ ਇੱਕ ਵਾਇਰ ਹੈ ਉਹਨੂੰ ਅਸੀਂ ਲਾਈਨ ਦੇ ਨਾਲ ਬਣਾ ਦਿੰਦੇ ਹਾਂ ਤਾਰਾਂ ਬੇਟਾ ਐਲੂਮੀਨੀਅਮ ਦੀਆਂ ਵੀ ਹੁੰਦੀਆਂ ਹਨ ਤਾਂਬੇ ਦੀਆਂ ਵੀ ਹੁੰਦੀਆਂ ਹਨ ਜਦੋਂ ਇਹ ਤਾਰ ਦੇ ਉੱਪਰ ਇੱਕ ਦੂਸਰੀ ਤਾਰ ਨੂੰ ਇਸ ਤਰ੍ਹਾਂ ਜੋੜਿਆ ਜਾਂਦਾ ਹੈ ਤਾਂ ਇਹ ਬਣ ਗਈ ਬੇਟਾ ਜੋੜਕ ਤਾਰ ਜਦੋਂ ਇੱਕ ਤਾਰ ਦੇ ਨਾਲ ਦੂਸਰੀ ਤਾਰ ਨੂੰ ਜੋੜ ਦਿੱਤਾ ਗਿਆ ਤਾਂ ਇਹ ਜੋੜਕ ਤਾਰ ਬਣ ਗਈ ਯਾਨੀ ਕਿ ਤਾਰ ਦੇ ਵਿੱਚ ਕੀ ਆ ਗਿਆ ਬੇਟਾ ਇੱਕ ਜੋੜ ਆ ਗਿਆ ਇਸ ਤੋਂ ਬਾਅਦ ਹੈ ਬੇਟਾ ਇਹ ਤਾਰ ਜੁੜੀ ਹੋਈ ਹੈ ਯਾਨੀ ਕਿ ਇਹ ਕਰੰਟ ਇੱਥੋਂ ਜਾਂਦਾ ਹੋਇਆ ਉੱਪਰ ਵੱਲ ਵੀ ਜਾ ਰਿਹਾ ਹੈ ਤੇ ਅੱਗੇ ਵੀ ਜਾ ਰਿਹਾ ਹੈ ਪਰ ਜਦੋਂ ਅਸੀਂ ਉਹ ਸਰਕਟ ਦੇ ਵਿੱਚ ਦੋ ਤਾਰਾਂ ਨੂੰ ਲੰਘਾਣਾ ਹੈ ਪਰ ਕਰੰਟ ਨੂੰ ਦੂਸਰੇ ਤੇ ਨਹੀਂ ਲੈ ਕੇ ਜਾਣਾ ਤਾਂ ਅਸੀਂ ਉਸ ਦਾ ਡਾਇਗਰਾਮ ਇਸ ਤਰ੍ਹਾਂ ਬਣਾਉਣੀ ਹੈ ਬੇਟਾ ਇਹ ਕੀ ਪ੍ਰਦਰਸ਼ਿਤ ਕਰ ਰਿਹਾ ਹੈ ਇਹ ਇਹ ਪ੍ਰਦਰਸ਼ਿਤ ਕਰ ਰਿਹਾ ਹੈ ਇੱਥੇ ਤਾਂ ਜਿਹੜਾ ਕਰੰਟ ਹੈ ਇਸ ਤਾਰ ਦੇ ਵਿੱਚੋਂ ਉੱਪਰ ਵੀ ਜਾ ਰਿਹਾ ਹੈ ਤੇ ਅੱਗੇ ਵੀ ਜਾ ਰਿਹਾ ਹੈ ਇਹ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਤਾਂਬਾ ਹੈ ਉਹ ਜਾਂ ਕਾਪਰ ਹੈ ਉਸ ਨੂੰ ਅਸੀਂ ਕੰਬਾਈਨ ਕੀਤਾ ਹੋਇਆ ਪਰ ਇਹ ਦੋ ਤਾਰਾਂ ਕੰਬਾਈਨਡ ਨਹੀਂ ਹਨ ਇੱਕ ਤਰ੍ਹਾਂ ਇੱਕ ਸਿੱਧੀ ਤਾਰ ਜਾ ਰਹੀ ਹੈ ਇੱਕ ਉਹਦੇ ਉੱਪਰ ਤਾਰ ਜਾ ਰਹੀ ਹੈ ਇਹ ਸਾਨੂੰ ਦਿਖਾਉਂਦੀਆਂ ਹਨ ਕਿ ਦੋ ਤਾਰਾਂ ਆਪਸ ਦੇ ਵਿੱਚ ਨਹੀਂਆਂ ਜੁੜੀਆਂ ਨਹੀਂ ਜੁੜੀਆਂ ਹੋਈਆਂ ਇਹ ਉਹਨਾਂ ਦਾ ਇੱਕ ਕਰੋਸ ਹੈ ਤਾਰਾਂ ਦਾ ਇੱਕ ਕਰੋਸ ਹੈ ਉਸ ਤੋਂ ਬਾਅਦ ਬੇਟਾ ਬੜਾ ਇੱਕ ਸਿੰਪਲ ਡਾਇਗਰਾਮ ਹੈ ਜਿਹੜਾ ਅਸੀਂ ਆਮ ਸਾਨੂੰ ਸਰਕਟ ਦੇ ਵਿੱਚ ਜ਼ਰੂਰਤ ਪੈਂਦੀ ਹੈ ਇਹ ਚੈੱਕ ਕਰਨ ਦੇ ਲਈ ਕਿ ਸਰਕਟ ਦੇ ਵਿੱਚ ਕਰੰਟ ਫਲੋ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਉਹਦੇ ਲਈ ਅਸੀਂ ਬਿਜਲੀ ਦੇ ਬੱਲਬ ਦਾ ਪ੍ਰਯੋਗ ਕਰਦੇ ਹਾਂ ਤਾਂ ਬਿਜਲੀ ਦੇ ਬੱਲਬ ਦਾ ਡਾਇਗਰਾਮ ਬਿਲਕੁਲ ਆਸਾਨ ਹੈ ਬੇਟਾ ਇਹ ਬਿਜਲੀ ਦੇ ਬੱਲਬ ਦਾ ਡਾਇਗਰਾਮ ਹੈ ਇਸ ਤਰ੍ਹਾਂ ਅਸੀਂ ਬਿਜਲੀ ਦੇ ਬੱਲਬ ਨੂੰ ਸ਼ੋਅ ਕਰਦੇ ਹਾਂ ਉਸ ਤੋਂ ਬਾਅਦ ਹੈ ਬੇਟਾ ਇਹ ਡਾਇਗਰਾਮ ਅਸੀਂ ਬਣਾ ਲਏ ਅਰਧਾ ਸਾਨੂੰ ਪਤਾ ਲੱਗ ਗਿਆ ਸੈੱਲ ਦਾ ਪਤਾ ਲੱਗ ਗਿਆ ਬੈਟਰੀ ਦਾ ਪਤਾ ਲੱਗ ਗਿਆ ਜੋੜਕ ਤਾਰ ਦਾ ਪਤਾ ਲੱਗ ਗਿਆ ਤਾਰਾਂ ਜਦੋਂ ਆਪਸ ਦੇ ਵਿੱਚ ਨਹੀਂ ਜੁੜੀਆਂ ਹੋਈਆਂ ਇਹ ਸਾਨੂੰ ਪਤਾ ਲੱਗ ਗਿਆ ਹੁਣ ਨਾ ਬੇਟਾ ਇਲੈਕਟ੍ਰਿਕ ਬੱਲਬ ਇਹ ਜਦੋਂ ਗਲੋ ਕਰੇਗਾ ਤਾਂ ਸਾਨੂੰ ਪਤਾ ਲੱਗ ਜਾਵੇਗਾ ਸਰਕਟ ਵਿੱਚ ਕਰੰਟ ਚੱਲ ਰਿਹਾ ਹੈ ਹੁਣ ਅਗਲਾ ਜਿਹੜਾ ਡਾਇਗਰਾਮ ਹੈ ਬੜਾ ਸਿੰਪਲ ਡਾਇਗਰਾਮ ਹੈ ਬੇਟਾ ਜਦੋਂ ਇਹ ਤਾਰਾਂ ਤੁਹਾਨੂੰ ਜਿਗਜੈਗ ਪੋਜੀਸ਼ਨ ਦੇ ਵਿੱਚ ਮਿਲਣ ਤਾਂ ਇਹ ਇੱਕ ਰਜਿਸਟੈਂਸ ਹੈ ਯਾਨੀ ਕਿ ਐਨਰ ਰਜਿਸਟਰ ਵੀ ਕਹਿੰਦੇ ਆ ਰਜਿਸਟਰ ਵੀ ਕਹਿੰਦੇ ਆ ਰਜਿਸਟੈਂਸ ਵੀ ਕਹਿੰਦੇ ਆ ਇਹ ਪ੍ਰਤੀਰੋਧ ਹੈ ਪ੍ਰਤੀਰੋਧ ਕੀ ਹੈ ਬੇਟਾ ਜਦੋਂ ਜਿਗਜੈਗ ਤਾਰਾ ਬਣਾਈਆਂ ਹੋਈਆਂ ਹਨ ਅਸੀਂ ਇਹਦੇ ਵਿੱਚ ਇੱਕ ਪ੍ਰਤੀਰੋਧ ਨੂੰ ਯੂਜ਼ ਕੀਤਾ ਹੋਇਆ ਹੈ ਪ੍ਰਤੀਰੋਧ ਦੀ ਪ੍ਰਤੀਰੋਧਕਤਾ ਸਾਨੂੰ ਪਤਾ ਹੈ ਓਮ ਦੇ ਵਿੱਚ ਅਸੀਂ ਮਾਪਦੇ ਹਾਂ ਪਰ ਕਈ ਕੰਬੀਨੇਸ਼ਨਸ ਦੇ ਵਿੱਚ ਬੇਟਾ ਪ੍ਰਤੀਰੋਧ ਅਸਲ ਦੇ ਵਿੱਚ ਅਸੀਂ ਇੱਕ ਕੰਪੋਨੈਂਟ ਦੇ ਵਿੱਚ ਕਿਉਂ ਲਗਾਉਂਦੇ ਹਾਂ ਕਿ ਉਸ ਪੂਰੇ ਸਰਕਟ ਦੇ ਵਿੱਚ ਸਾਨੂੰ ਕਿਤੇ ਕਰੰਟ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ ਕਿਤੇ ਘੱਟ ਕਰੰਟ ਦੀ ਜ਼ਰੂਰਤ ਹੁੰਦੀ ਹੈ ਜਿਸ ਤਰ੍ਹਾਂ ਸਾਡਾ ਫੋਨ ਹੈ ਬੇਟਾ ਉਹਦੇ ਵਿੱਚ ਜਿਹੜਾ ਮਦਰ ਬੋਰਡ ਹੈ ਕੁਝ ਕੰਪੋਨੈਂਟਸ ਨੂੰ ਜ਼ਿਆਦਾ ਕਰੰਟ ਦੀ ਜ਼ਰੂਰਤ ਹੈ ਕੁਝ ਨੂੰ ਘੱਟ ਕਰੰਟ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਜ਼ਿਆਦਾ ਕਰੰਟ ਦੀ ਜ਼ਰੂਰਤ ਹੈ ਬੇਟਾ ਅਸੀਂ ਉਹਨਾਂ ਦੇ ਵਿੱਚ ਛੋਟਾ ਪ੍ਰਤੀਰੋਧ ਲਗਾਵਾਂਗੇ ਜਿਹੜੇ ਕੰਪੋਨੈਂਟਸ ਦੇ ਵਿੱਚ ਘੱਟ ਕਰੰਟ ਦੀ ਜ਼ਰੂਰਤ ਹੈ ਉੱਥੇ ਅਸੀਂ ਵੱਡਾ ਪ੍ਰਤੀਰੋਧ ਯੂਜ਼ ਕਰਾਂਗੇ ਯਾਨੀ ਕਿ ਪ੍ਰਤੀਰੋਧਾਂ ਦਾ ਜਿਹੜਾ ਕੰਮ ਹੈ ਉਹ ਕਰੰਟ ਨੂੰ ਸਰਕਟ ਦੇ ਵਿੱਚੋਂ ਜਿੰਨੀ ਸਾਨੂੰ ਮਾਤਰਾ ਦੇ ਵਿੱਚ ਕਰੰਟ ਚਾਹੀਦਾ ਹੈ ਉਹ ਪ੍ਰੋਵਾਈਡ ਕਰਾਂਦੇ ਹਨ ਇਸ ਕਰਕੇ ਇਹ ਇੱਕ ਸਿੰਪਲ ਪ੍ਰਤੀਰੋਧ ਹੈ ਪਰ ਜਦੋਂ ਅਸੀਂ ਇਸ ਨੂੰ ਵੇਰੀਏਬਲ ਬਦਲਵਾ ਪ੍ਰਤੀਰੋਧ ਇਹ ਬਦਲਵਾ ਪ੍ਰਤੀਰੋਧ ਹੈ ਬੇਟਾ ਯਾਨੀ ਕਿ ਇਹ ਵੇਰੀਏਬਲ ਹੈ ਇਹ ਬਦਲ ਸਕਦਾ ਹੈ ਜਦੋਂ ਇੱਥੇ ਇੱਕ ਨਿਸ਼ਾਨ ਲਗਾਤਾ ਜੇ ਮੈਂ ਬੈਟਰੀ ਦੇ ਉੱਪਰ ਵੀ ਬੇਟਾ ਇਹ ਐਰੋ ਦਾ ਨਿਸ਼ਾਨ ਲਗਾ ਦੂੰਗਾ ਐਦਾ ਮਤਲਬ ਵੀ ਇਹੀ ਹੈ ਅਸੀਂ ਇਹ ਜਿਹੜੀ ਬੈਟਰੀ ਹੈ ਇਹ ਜਿਹੜਾ ਬੈਟਰੀ ਦਾ ਇੱਕ ਬਾਕਸ ਯੂਜ਼ ਕੀਤਾ ਹੋਇਆ ਜਿਹਦੇ ਵਿੱਚ ਅਸੀਂ ਉਸ ਨੂੰ ਵੇਰੀਏਬਲ ਉਸ ਦੀ ਵੋਲਟੇਜ ਨੂੰ ਘਟਾ ਵੀ ਸਕਦੇ ਹਾਂ ਵਧਾ ਵੀ ਸਕਦੇ ਹਾਂ ਬੈਟਰੀ ਐਲੀਮਿਨੇਟਰ ਯੂਜ਼ ਕੀਤਾ ਹੈ ਇੱਥੇ ਵੀ ਜਦੋਂ ਐਰੋ ਲਗਾ ਲਈ ਬੇਟਾ ਇੱਕ ਰੀਓਸਟੈਟ ਬਣ ਚੁੱਕਿਆ ਹੈ ਇੱਕ ਹੀ ਹੈ ਇਸ ਪ੍ਰਤੀਰੋਧ ਨੂੰ ਅਸੀਂ ਵਧਾ ਵੀ ਸਕਦੇ ਹਾਂ ਘਟਾ ਵੀ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ ਉਸ ਤੋਂ ਬਾਅਦ ਬੜੀ ਸਿੰਪਲ ਬੇਟਾ ਇੱਕ ਵਿਗਿਆਨ ਦੇ ਵਿੱਚ ਬਾਰ ਬਾਰ ਯੂਜ਼ ਹੋਣ ਵਾਲੀ ਜਿਹੜਾ ਮੀਟਰ ਹੈ ਇਹ ਹੈ m ਮੀਟਰ ਕਈ ਤਰ੍ਹਾਂ ਦੇ ਅਸੀਂ ਮੀਟਰ ਪੜਦੇ ਹਾਂ ਬੇਟਾ ਇਹ ਐਮਮੀਟਰ ਹੈ ਐਮਮੀਟਰ ਕੀ ਹੈ ਜਿਹੜਾ ਸਾਨੂੰ ਬਿਜਲੀ ਦੇ ਕਰੰਟ ਨੂੰ ਦੱਸਦਾ ਹੈ ਐਸੇ ਤਰ੍ਹਾਂ ਜੇ ਇਹਦੇ ਵਿੱਚ A ਦੀ ਜਗ੍ਹਾ V ਪਾਈ ਹੈ ਉਹ ਵੋਲਟਮੀਟਰ ਹੈ ਪੋਟੈਂਸ਼ੀਅਲ ਅੰਤਰ ਨੂੰ ਦੱਸਣ ਲਈ ਅਸੀਂ ਵੋਲਟਮੀਟਰ ਦਾ ਪ੍ਰਯੋਗ ਕਰਦੇ ਹਾਂ ਜੇ ਇਹਦੇ ਵਿੱਚ ਬੇਟਾ V ਦੀ ਜਗ੍ਹਾ ਤੇ G ਦਾ ਪ੍ਰਯੋਗ ਕੀਤਾ ਗਿਆ ਹੈ ਤਾਂ ਇਹ ਬਣ ਗਿਆ ਗਲਵੈਨੋਮੀਟਰ ਹੁਣ ਤੁਸੀਂ ਮੈਨੂੰ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਕਿ ਗਲਵੈਨੋਮੀਟਰ ਕੀ ਕੰਮ ਆਉਂਦਾ ਹੈ ਆਸ ਕਰਦਾ ਹਾਂ ਬੇਟਾ ਇਹ ਵੀਡੀਓ ਤੁਹਾਨੂੰ ਸਮਝ ਆਈ ਹੋਵੇਗੀ ਇਹ ਬਹੁਤ ਇੰਪੋਰਟੈਂਟ ਵੀਡੀਓ ਹੈ ਬੇਟਾ ਅਕਸਰ ਹੀ ਬੱਚੇ ਇਸ ਨੂੰ ਛੱਡ ਦਿੰਦੇ ਹਨ ਕਿਉਂਕਿ ਜਿੰਨੀ ਵੀ ਸਾਡੇ ਰਿਸਰਚ ਹੁੰਦੀ ਹੈ ਇਲੈਕਟ੍ਰੋਨਿਕ ਪਾਰਟਸ ਬਣਦੇ ਹਨ ਇਹ ਸਾਰੇ ਪਾਰਟਸ ਐਸੇ ਤਰ੍ਹਾਂ ਹੀ ਸ਼ੋ ਹੁੰਦੇ ਹਨ ਇਹ ਬਹੁਤ ਇੰਪੋਰਟੈਂਟ ਹੈ ਬੇਟਾ ਓਪਨ ਦੇ ਓਪਨ ਦੇ ਓਪਨ ਦੇ ਓ ਯਾਰ ਇੱਕ ਗੱਲ ਤਾਂ ਦੱਸ ਇਹ ਤਾਂ ਮੈਨੂੰ ਸਾਰਾ ਸਮਝ ਆ ਗਿਆ ਜਿਹੜੇ ਤੂੰ ਮੀਟਰ ਮਾਸਟਰ ਜੇ ਦਸੀ ਜਨ ਹੈ ਓ ਯਾਰ ਜਿਹੜੀ ਤੂੰ ਕਹਿੰਦਾ ਸੀਗਾ ਇੱਕ ਤਾਰ ਹੁੰਦੀ ਐ ਡੈਡੀ ਉਹਦੇ ਵਿੱਚ ਕੋਈ ਚੀਜ਼ ਐ ਉਹਦੇ ਵਿੱਚ ਭੂੜ ਬੈਠੇ ਹੁੰਦੇ ਐ ਜਿਹੜੇ ਉਹਨੂੰ ਰੋਕ ਲੈਂਦੇ ਹਨ ਬੇਟਾ ਮੈਨੂੰ ਐਂ ਤਾਂ ਸਮਝਾ ਵੜਾ ਮੁੱਟਾ ਆਪਦੀ ਮੰਮੀ ਨੂੰ ਨਾ ਦੱਸੀ ਤੂੰ ਮੈਨੂੰ ਅੱਜ ਕੱਲ ਇੰਨਾ ਵੀ ਗਿਆਨ ਸਮਝਾਈ ਜੰਨਾ ਘਰੇ ਕਿਤੇ ਮੈਂ ਡਾਕਟਰ ਹੀ ਨਾ ਬਣ ਜਾ ਮੈਨੂੰ ਐਂ ਦੱਸ ਵੀ ਉਹ ਤਾਰ ਕਿਵੇਂ ਕੰਮ ਕਰਦੀ ਐ ਉਹਦੇ ਵਿੱਚ ਜਿਹੜਾ ਪ੍ਰਤੀਰੋਧ ਆ ਉਹ ਕਿਹੋ ਜਿਹਾ ਹੁੰਦਾ ਥੈਂਕਸ ਬੱਚਿਓ ਫਾਰ ਵਾਚਿੰਗ 올 ਵੀਡੀਓ ਆਸ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਣੀ ਤੁਸੀਂ ਆਪਣੇ ਕਮੈਂਟਸ ਕਮੈਂਟ ਬਾਕਸ ਦੇ ਵਿੱਚ ਜਰੂਰ ਕਰਨੇ ਹਨ ਸਾਡੇ ਚੈਨਲ ਨੂੰ ਜੇਕਰ ਤੁਹਾਨੂੰ ਪਸੰਦ ਆ ਰਿਹਾ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਜਰੂਰ ਦਬਣਾ ਹੈ ਤਾਂ ਕਿ ਨਵੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਮਿਲਦੀਆਂ ਰਹਿਣ ਐਸੇ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਰਾਜੀ ਤੰਦਰੁਸਤ ਤੁਸੀਂ ਰਹਿਣਾ ਹੈ ਵੈਲਕਮ ਆਦਾਬ ਸ਼ਬਾਕ ਹੈ ਥੈਂਕ ਯੂ